ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਸ਼ਬਦਾਂ ਦੀ ਦੁਨੀਆ ਤੇ ਮੈਂ ਹਾਂ ਪ੍ਰੇਮ ਸਿੰਘ ਰਤੜਾ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ TC ਭਾਵ ਟ੍ਰਾਂਸਫਰ ਸਰਟੀਫਿਕੇਟ ਅਤੇ SLC ਸਕੂਲ ਲਿਵਿੰਗ ਸਰਟੀਫਿਕੇਟ ਇਹਨਾਂ ਦੋਨਾਂ ਵਿੱਚ ਕੀ ਅੰਤਰ ਹੁੰਦਾ ਹੈ ਤੇ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ TC ਕਿਵੇਂ ਜਨਰੇਟ ਕਰ ਸਕਦੇ ਹਾਂ ਸੋ ਦੋਸਤੋ ਜੇਕਰ E-Punjab ਵੈੱਬਸਾਈਟ ਤੋਂ ਅਸੀਂ ਕਿਸੇ ਵਿਦਿਆਰਥੀ ਦਾ ਡਾਟਾ ਫੈਚ ਕਰਨਾ ਚਾਹੁੰਦੇ ਹਾਂ ਤਾਂ ਉਸ ਲਈ ਸਾਨੂੰ SLC ਭਾਵ ਸਕੂਲ ਲਿਵਿੰਗ ਸਰਟੀਫਿਕੇਟ ਹੋਣਾ ਚਾਹੀਦਾ ਹੈ ਅਤੇ ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਵੀ ਅਦਰ ਬੋਰਡ ਦੇ ਸਟੂਡੈਂਟਸ ਦਾ ਅਸੀਂ ਬੋਰਡ ਦੀ ਸਾਈਡ ਤੋਂ ਡਾਟਾ ਇੰਪੋਰਟ ਕਰਾਉਣਾ ਚਾਹੁੰਦੇ ਹਾਂ ਟੀਸੀ ਭਾਵ ਟਰਾਂਸਫਰ ਸਰਟੀਫਿਕੇਟ ਸਾਡੇ ਕੋਲ ਹੋਣਾ ਚਾਹੀਦਾ ਹੈ ਸੋ ਕਿਸੇ ਵੈਬ ਬ੍ਰਾਊਜ਼ਰ ਨੂੰ ਓਪਨ ਕਰੋ ਤੇ ਉਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਫੀਸ਼ੀਅਲ ਵੈਬਸਾਈਟ ਨੂੰ ਓਪਨ ਕਰੋ ਸਕੂਲ ਲੌਗਇਨ ਕਰੋ ਸੈਸ਼ਨ ਸਿਲੈਕਟ ਕਰੋ ਆਪਣੇ ਸਕੂਲ ਦਾ ਯੂਜ਼ਰਨੇਮ ਤੇ ਪਾਸਵਰਡ ਫਿਲ ਕਰੋ ਸੈਸ਼ਨ ਸਿਲੈਕਟ ਕਰੋ ਤੇ ਲੌਗਇਨ ਤੇ ਕਲਿੱਕ ਕਰੋ ਰਜਿਸਟ੍ਰੇਸ਼ਨ ਪੋਰਟਲ ਇਸ ਆਪਸ਼ਨ ਤੇ ਕਲਿੱਕ ਕਰੋ 9th and 11th ट्रांसफर सर्टिफिकेट ਇਸ অপশন ਤੇ ক্লিক ਕਰੋ সিলেক্ট স্কুল সিলেক্ট ইয়ার વિદ્યાર્થી দি ক্লাস সিলেক্ট করো সিলেক্টেড রেকর্ড অর এন্ড দাও assi candidate তে নাম তো সার্চ করਾਂਗੇ candidate ਦਾ নাম ফিল করো ਤੇ সার্চ অপশন ਤੇ ক্লিক করো વિદ્યાર્થી দি ডিটেইল শো হয়ে যাবেਗੀ ਤੇ 30 ਜੂਨ 2022 ਤੱਕ ਅਸੀਂ ਟ੍ਰਾਂਸਫਰ ਸਰਟੀਫਿਕੇਟ ਜਨਰੇਟ ਕਰ ਸਕਦੇ ਹਾਂ ਵਿਦਿਆਰਥੀ ਦੇ ਨਾਮ ਸਾਹਮਣੇ TC অপਸ਼ਨ ਤੇ ਕਲਿੱਕ ਕਰੋ ਵਿਦਿਆਰਥੀ ਦੀ ਡਿਟੇਲ ਓਪਨ ਹੋ ਜਾਵੇਗੀ ਆਪਣੇ ਸਕੂਲ ਦੇ ਡਿਸਪੈਚ ਰਜਿਸਟਰ ਤੇ ਇੱਕ ਨੰਬਰ ਲਗਾਓ ਤੇ ਇੱਥੇ ਉਸ ਨੰਬਰ ਨੂੰ ਫਿਲ ਕਰੋ ਉਸ ਤੋਂ ਬਾਅਦ ਵਿੱਚ ਬੱਚੇ ਦੀ ਡਿਟੇਲ ਫਿਲ ਕਰੋ ਰੀਜ਼ਨ ਆਫ ਲੀਵਿੰਗ ਸਕੂਲ ਛੱਡਣ ਦਾ ਕਾਰਨ ਲਿਖੋ टीसी ਇਸ অপশন ਤੇ ক্লিক ਕਰੋ টিসি জেনারেট হয়ে چکا হে ওকে তে ক্লিক করো প্রিন্ট অপশন তে ক্লিক করো ਤੇ بچے ਦਾ টিসি জেনারেট ਹੋ چکا হে ਤੇ بچہ ਜਦੋਂ ਦੂਸਰੇ ਸਕੂਲ ਜਾਵੇਗਾ ਤਾਂ ਉਹ ਸਕੂਲ ਵਾਲੇ ਇਸ রেফারেন্স ਨੰਬਰ ਤੋਂ بچے ਨੂੰ ਇمپોર્ટ ਕਰ ਸਕਦੇ ਹਨ ਇਸ ਨੂੰ ਅਸੀਂ ਸੇਵ ਕਰ ਸਕਦੇ ਹਾਂ ਤੇ ਇਸ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹਾਂ ਇਸ ਦੇ ਦੋ ਪ੍ਰਿੰਟ ਆਊਟ ਕੱਢ ਲਵੋ ਤੇ ਦਾਖਲਾ ਖਾਰਜ ਇੰਚਾਰਜ ਦੇ ਸਾਈਨ ਤੇ ਸਕੂਲ ਪ੍ਰਿੰਸੀਪਲ ਦੇ ਸਾਈਨ ਕਰਵਾਓ ਤੇ ਇੱਕ ਕਾਪੀ ਬੱਚੇ ਨੂੰ ਦੇ ਦਿਵੋ ਤੇ ਇੱਕ ਸਕੂਲ ਦੇ ਰਿਕਾਰਡ ਵਿੱਚ ਰੱਖ ਲਵੋ ਸੋ ਦੋਸਤੋ ਜੇਕਰ ਵੀਡੀਓ ਵਿੱਚਲੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਕੀਪ ਲਰਨਿੰਗ ਲਰਨ ਮੋਰ